तीन लड़के थे जो बाथरूम च वार वार जा रहे थे, तो उस तो बाद सानू शक होया जी भी नशा कर रहे, नशा वगैरह कर रहे जी। असी वो कागज वगैरह पन्निया वगैरह जहाँ नशा करने वाली वो फड़िया जी। ਫਿਰੋਜ਼ਪੁਰ ਦੇ ਵਿੱਚ ਪੈਂਦੇ ਪਿੰਡ ਨਵੀਂ ਗੱਟੀ ਰਾਜੂਕੇ ਦੇ ਵਿਖੇ ਬਣੇ ਗੁਰਦੁਆਰਾ ਸਾਹਿਬ ਦੇ ਬਾਥਰੂਮ ਦੇ ਵਿੱਚ ਤਿੰਨ ਨੌਜਵਾਨਾਂ ਦੇ ਵੱਲੋਂ ਨਸ਼ੇ ਦਾ ਸੇਵਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮਿਲੀ ਹੈ ਕਿ ਪਿੰਡ ਵਾਸੀਆਂ ਨੂੰ ਇਹਨਾਂ ਤਿੰਨ ਨੌਜਵਾਨਾਂ ਤੇ ਉਸ ਵੇਲੇ ਸ਼ੱਕ ਹੋਇਆ ਜਿਸ ਵੇਲੇ ਦਿਹਾੜੀਆਂ ਕਰਨ ਆਏ ਸਨ ਪਰ ਬਾਰ ਬਾਰ ਬਾਥਰੂਮ ਦੇ ਵਿੱਚ ਵੜ ਰਹੇ ਸਨ। ਜਦੋਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਤਾਂ ਵਿੱਚੋਂ ਕੁਝ ਹੋਰ ਹੀ ਨਿਕਲਿਆ। ਦੱਸਿਆ ਜਾਂਦਾ ਹੈ ਕਿ ਛੋਟੇ ਜਿਹੇ ਬਾਥਰੂਮ ਦੇ ਵਿੱਚ ਇਹ ਤਿੰਨੇ ਨੌਜਵਾਨ ਇਕੱਠੇ ਵੜ ਗਏ ਤੇ ਫਿਰ ਕਾਫੀ ਦੇਰ ਬਾਹਰ ਨਹੀਂ ਨਿਕਲੇ। ਜਦੋਂ ਪਿੰਡ ਵਾਸੀਆਂ ਨੇ ਜਾ ਕੇ ਬਾਥਰੂਮ ਦੇ ਵਿੱਚ ਚੈੱਕ ਕੀਤਾ ਤਾਂ ਵੇਖਿਆ ਗਿਆ ਕਿ ਬਾਥਰੂਮ ਦੇ ਵਿੱਚ ਨਸ਼ੇ ਦਾ ਸਮਾਨ ਭਾਵ ਸਿਲਿੰਜਾ ਅਤੇ ਫਾਇਲ ਪੇਪਰ ਮਿਲਿਆ ਹੈ। ਦੱਸਿਆ ਜਾਂਦਾ ਹੈ ਪਿੰਡ ਵਾਸੀਆਂ ਦੇ ਸੀਸੀਟੀਵੀ ਵੀਡੀਓ ਚੈੱਕ ਕਰਨ ਤੋਂ ਬਾਅਦ ਇਹ ਮਾਮਲਾ ਗੰਭੀਰ ਬਣ ਗਿਆ ਤੇ ਇਸ ਮਾਮਲੇ ਦੀ ਪੁਲਿਸ ਨੂੰ ਵੀ ਸੂਚਨਾ ਦਿੱਤੀ ਗਈ। ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਹੋਇਆਂ ਪਿੰਡ ਦੇ ਸਾਬਕਾ ਸਰਪੰਚ ਦਾ ਕੀ ਕਹਿਣਾ ਹੈ ਇਹ ਵੀ ਸੁਣੋ। ਤੇ ਸਰ ਵੀ 9 ਤਰੀਕ ਦਾ ਵਾਕਿਆ ਜੀ, ਲੇਬਰ ਆਈ ਸੀ ਝੋਨਾ ਲਾਉਣ ਵਾਸਤੇ, ਤਿੰਨ ਲੜਕੇ ਸੀਗੇ ਜਿਹੜੇ ਬਾਥਰੂਮ 'ਚ ਵਾਰ ਵਾਰ ਜਾ ਰਹੇ ਸੀ, ਤੇ ਉਸ ਤੋਂ ਬਾਅਦ ਸਾਨੂੰ ਸ਼ੱਕ ਹੋਇਆ ਜੀ ਵੀ ਨਸ਼ਾ ਕਰ ਰਹੇ, ਨਸ਼ਾ ਵਗੈਰਾ ਕਰ ਰਹੇ ਜੀ। ਉਹ ਸਾਡੀ ਕੈਮਰੇ ਦੇ ਵਿੱਚ ਵੀਡੀਓ ਬਣੀ ਹੋਈ ਜੀ ਉਹਨਾਂ ਦੀ। ਅਸੀਂ ਉਹ ਕਾਗਜ਼ ਵਗੈਰਾ ਪੰਨੀਆਂ ਵਗੈਰਾ ਜਿਹੜਾ ਨਸ਼ਾ ਕਰਨ ਵਾਲੀ ਉਹ ਫੜੀਆਂ ਜੀ, ਅਤੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਤਲਾਕ ਕੀਤੀ ਜੀ ਵੀ ਇਹਨਾਂ ਦੇ ਬਣਦੀ ਜਿਹੜੀ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਗੁਰੂ ਘਰ ਦੀ ਮਰਿਆਦਾ ਨੂੰ ਇਸ ਕਦਰ ਠੇਸ ਪਹੁੰਚਾਉਣਾ ਅਤੇ ਗੁਰੂ ਘਰ 'ਚ ਬਣੇ ਬਾਥਰੂਮ ਦੇ ਵਿੱਚ ਜਾ ਕੇ ਇਸ ਤਰ੍ਹਾਂ ਨਸ਼ੇ ਦਾ ਸੇਵਨ ਕਰਨ ਨੂੰ ਲੈ ਕੇ ਕੀ ਕਾਰਵਾਈ ਕੀਤੀ ਜਾਵੇਗੀ ਇਹ ਵੀ ਜਾਣਦਿਆਂ ਪੁਲਿਸ ਪ੍ਰਸ਼ਾਸਨ ਕੋਲੋਂ ਇਹ ਆਪ ਵੱਲੋਂ ਹੁਣੇ ਸਾਨੂੰ ਇੱਕ ਜਿਹੜਾ ਮੈਸੇਜ ਦਿੱਤਾ ਗਿਆ ਇਹਨੂੰ ਵੈਰੀਫਾਈ ਕਰ ਰਹੇ ਹਾਂ, ਵੈਰੀਫਾਈ ਕਰਕੇ ਜੋ ਬਣਦੀ ਕਾਨੂੰਨੀ ਕਾਰਵਾਈ ਉਹ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਹਨਾਂ ਨਸ਼ੇੜੀ ਨੌਜਵਾਨਾਂ ਦੇ ਵੱਲੋਂ ਕੀਤੀ ਗਈ ਇਸ ਕਰਤੂਤ ਤੋਂ ਬਾਅਦ ਪਿੰਡ ਵਾਸੀ ਗੁੱਸੇ ਦੇ ਵਿੱਚ ਵਿਖਾਈ ਦੇ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਗੁਰੂ ਘਰ ਦੀ ਮਰਿਆਦਾ ਨੂੰ ਤਾਂ ਠੇਸ ਪਹੁੰਚਾਈ ਹੀ ਗਈ ਹੈ, ਨਾਲੇ ਹੀ ਇੱਕ ਤਰ੍ਹਾਂ ਦੀ ਬੇਅਦਬੀ ਨੂੰ ਵੀ ਅੰਜਾਮ ਦਿੱਤਾ ਗਿਆ ਹੈ। ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ, ਚੜ੍ਹਦੀ ਕਲਾ, ਟਾਈਮ ਟੀਵੀ।